ਹਾਂਜੀ ਦੋਸਤੋ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ ਅੱਜ ਜਿਹੜਾ ਆਪਾਂ ਜਿਹੜਾ ਹੈਗਾ ਸਪਾਊਸਲ ਉਪਨਮਨ ਦੇ ਸਾਰੇ ਜਿਹੜੇ ਅਪਡੇਟ ਦਿਊਂਗਾ ਤੁਹਾਨੂੰ ਹੁਣ ਤੱਕ ਦੇ ਜੋ ਵੀ ਹੈਗੇ ਨੇ ਜੂਨ 2022 ਤੱਕ ਦੇ ਕਿਸ ਕਿਸ ਨੂੰ ਵਰਡ ਮਿਲ ਰਹੇ ਨੇ ਕਿਸ ਕਿਸ ਦੇ ਵਰਟਡੇ ਸਟਕ ਹੋਏ ਪਏ ਨੇ ਕਿੰਨਾ ਜਿਹੜਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਜੋ ਕਿ ਉਹਨਾਂ ਦੀ ਅਫੀਸ਼ਲ ਸਾਈਟ ਤੇ ਦਿਖਾ ਰਿਹਾ ਉਸ ਦੇ ਹਿਸਾਬ ਨਾਲ ਪ੍ਰੋਸੈਸਿੰਗ ਟਾਈਮ ਵਰਕ ਕਰ ਰਿਹਾ ਹੈ ਕਿ ਨਵਾਂ ਇੱਕ ਆਪਾਂ ਆਪਦੇ ਅੰਦਾਜ਼ੇ ਦੇ ਨਾਲ ਜੋ ਪ੍ਰੋਸੈਸਿੰਗ ਟਾਈਮ ਨੂੰ ਦੱਸਦਾ ਕਿ ਕਿਸ ਮਨਤ ਦੇ ਜਿਹੜੇ ਰਿਜ਼ਲਟ ਆ ਰਹੇ ਨੇ ਉਹ ਸਾਰੀਆਂ ਚੀਜ਼ਾਂ ਜਿਹੜੀ ਇਸ ਵੀਡੀਓ ਵਿੱਚ ਕਲੀਅਰ ਕਰਨ ਦੀ ਕੋਸ਼ਿਸ਼ ਕਰੂੰਗਾ ਤਾਂ ਤੁਹਾਨੂੰ ਕਹੂੰਗਾ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜੁੜ ਦੇਖ ਲਿਓ ਤੇ ਇਹਨਾਂ ਦੀਆਂ ਰਿਫਿਊਜ਼ਲਸ ਆਈਆਂ ਨੇ ਉਹਨਾਂ ਵਾਸਤੇ ਵੀ ਜਿਹੜੀ ਗੁੱਡ ਨਿਊਜ਼ ਜਿਹੜੀ ਬਣਦੀ ਹੈਗੀ ਉਹ ਵੀ ਤੁਹਾਨੂੰ ਕਰਦੇ ਹਾਂ ਕਿਉਂਕਿ ਆਪਾਂ ਬੰਨੇ ਦੀ ਅਫੀਸ਼ੀਅਲ ਸਾਈਟ ਦੇ ਉੱਤੇ ਜਾ ਕੇ ਆਪਾਂ ਪ੍ਰੋਸੈਸਿੰਗ ਟਾਈਮ ਜੇਕਰ ਚੈੱਕ ਕਰਦੇ ਹਾਂ ਤਾਂ 40 ਵੀਕਸ ਚੱਲ ਰਿਹਾ ਹੈ ਜੋ ਕਿ ਇੱਕ ਹੁਣ ਇਸ ਟਾਈਮ ਦੇ ਤੇ ਜਿਹੜਾ ਸਟੇਬਲ ਹੋ ਚੁੱਕਿਆਗਾ ਪਹਿਲਾਂ ਜੋ ਕਿ 54 55 ਤੋਂ ਜਿਹੜਾ ਹੈਗਾ ਨੀਚੇ ਆ ਕੇ ਹੁਣ 40 ਵੀਕਸ ਦੇ ਉੱਤੇ ਜਿਹੜਾ ਪ੍ਰੋਸੈਸਿੰਗ ਟਾਈਮ ਜਿਹੜਾ ਸਟਕ ਹੋ ਚੁੱਕਿਆ ਹੈ ਦੇਰ ਵਿੱਚ ਐਸੈਂਸ਼ੀਅਲ ਤੇ ਨਾਨ ਐਸੈਂਸ਼ੀਅਲ ਦੀ ਜਿਹੜੀ ਗੱਲ ਚੱਲਦੀ ਹੈ ਤਾਂ ਉਹ ਦੇਖੋ ਐਲਮਾ ਇਹ ਪਾਪਾਂਡ ਵਾਲੇ ਆ ਗਏ ਹਨ ਐਸੈਂਸ਼ੀਅਲ ਦੇ ਰਿਜ਼ਲਟ ਨੇ ਜਲਦੀ ਆਉਣਗੇ ਤੇ ਨਾਨ ਐਸੈਂਸ਼ੀਅਲ ਜਿਹੜੇ ਹੈਗੇ ਨੇ ਉਹਨਾਂ ਦੇ ਜ कि ਆਪਾਂ ਇੱਕ ਐਕਿਊਰੇਟ ਜਿਹੜਾ ਪ੍ਰੋਸੈਸਿੰਗ ਨਾ ਆਪਾਂ ਮੰਨ ਸਕਦੇ ਆ ਜੋ ਕਿ ਮੈਂ ਆਪਦੇ ਅੰਦਾਜ਼ੇ ਦੇ ਨਾਲ ਲਾad ਰਹੇ ਆ ਜਾਂ ਫਿਰ ਜੋ ਡੇਲੀ ਡੇਲੀ ਰਿਜ਼ਲਟ ਦੇਖ ਰਹੇ ਆ ਉਸ ਦੇ ਹਿਸਾਬ ਨਾਲ ਜੇਕਰ ਆਪਾਂ ਇੱਕ ਪ੍ਰੋਸੈਸਿੰਗ ਟਾਈਮ ਦੀ ਗੱਲ ਕਰੀਏ ਕਿ ਸਪੌਸਲ ਓਪਨ ਮਾਡਲ ਦਾ ਇੱਕ ਐਗਜੈਕਟ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਜਿਹੜਾ ਉਹ ਕਿੰਨਾਗਾ ਉਸ ਦੇ ਬਾਰੇ ਸੰਦ ਦੱਸੋ ਹਨ ਤਾਂ ਮੈਂ ਉਸ ਦੀ ਜਿਕਰ ਗੱਲ ਕਰਦਾਗਾ ਤੇ ਇਸ ਟਾਈਮ ਦੇ ਤੇ ਬਹੁਤ ਵਧੀਆ ਤੇ ਬਹੁਤ ਜ਼ਿਆਦਾ ਰੀਡਰ ਰਿਪੋਰਟ ਨੇ ਜਨਵਰੀ ਫਰਵਰੀ 2022 ਦੀਆਂ ਐਪਲੀਕੇਸ਼ਨਾਂ ਦੇ ਦੇਖਣ ਨੂੰ ਮਿਲ ਰਹੇ ਨੇ ਕੁਝ ਰਿਫਿਊਜ਼ਡ ਦੇ ਅਪਲੀਕੇਸ਼ਨ ਨੇ ਉਹਨਾਂ ਦੇ 2 ਮਹੀਨਿਆਂ ਚ ਤਿੰਨ ਮਹੀਨਿਆਂ ਦੇ ਵਿੱਚ ਜਿਹੜੇ ਆ ਰਹੇ ਨੇ ਰਿਜ਼ਲਟ ਤਾਂ ਇੱਕ ਕਹਿ ਸਕਦਾ ਕਿ ਪ੍ਰੋਸੈਸਿੰਗ ਟਾਈਮ ਸਟੈਂਡ ਤੇ 4 ਤੋਂ 5 ਮਹੀਨੇ ਜਿਹੜਾ ਚੱਲ ਰਿਹਾ ਹੈਗਾ 4 ਤੋਂ 5 ਮਹੀਨੇ ਦੇ ਵਿੱਚ ਜਿਹੜਾ ਹੈਗੇ ਨੇ ਸਾਰੇ ਸਪਾਊਸਲ ਓਪਨਵਰਡ ਨੂੰ ਜਿਹੜੇ ਗਰੰਟ ਦੇ ਰਿਜ਼ਲਟ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਤੇ ਉਹਨਾਂ ਦੇ ਟਾਈਮ ਚ ਆਪਾਂ ਦੇਖਾਂਗੇ ਇਹ ਪ੍ਰੋਸੈਸਿੰਗ ਟਾਈਮ ਜਿਹੜਾ 3 ਤੋਂ 2 ਮਹੀਨੇ ਵੀ ਜਿਹੜਾ ਚੱਲਿਆ ਜਾਊਗਾ ਜਿਸ ਹਿਸਾਬ ਨਾਲ ਉਹਨਾਂ ਨੂੰ ਕੋਵਿਡ ਵਗੈਰਾ ਖਤਮ ਹੋ ਚੁੱਕਿਆ ਹੈ ਮੈਂ ਮੰਨਦਾ ਕਿ ਬੈਕਲੌਗ ਥੋੜਾ ਜਿਹਾ ਇਨਕਰੀਜ਼ ਹੋ ਮੈਂ ਤੁਹਾਨੂੰ ਡੇਲੀ ਦੇ ਦੀ ਸ਼ੇਅਰ ਕਰਦਾ ਐਲਐਮਆਈ ਦੇ ਰਿਜ਼ਲਟ ਇੰਨੇ ਜਿਆਦਾ ਨਹੀਂ ਆ ਰਹੇ ਕਿ ਜਿੰਨੇ ਜਿਆਦਾ ਜਿਹੜੇ ਰਿਜ਼ਲਟ ਨੇ ਇਸ ਪੌਸਲ ਉਪਰਮੋਡ ਦੀ ਐਪਲੀਕੇਸ਼ਨ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਜੋ ਕਿ ਇੱਕ ਬਹੁਤ ਵੱਡੀ ਗੱਲ ਹੈ ਜੋ ਕਿ ਕਿ ਫੈਮਿਲੀ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀ ਹੈਗੇ ਕੈਨੇਡੀਅਨ ਐਂਬੈਸੀ ਆ ਉਸ ਦੇ ਤੇੜਾ ਵਰਕ ਕਰ ਰਹੀ ਆ ਤੇ ਸੈਕੰਡ ਸਾਈਡ ਜੇਕਰ ਆਪਾਂ ਚੱਲਦੇ ਆਂ ਕੁਝ ਐਪਲੀਕੇਸ਼ਨ 2020 ਦੀਆਂ ਨੇ ਕੁਝ 2021 ਦੀਆਂ ਨੇ ਜਿਨ੍ਹਾਂ ਦੇ ਹਾਲ ਤੱਕ ਕੋਈ ਵਰਡ ਜਿਹੜੇ ਨਹੀਂ ਦੇਖਣ ਨੂੰ ਮਿਲੇ ਹੈਗੇ ਤੇ ਬਹੁਤ ਸਾਰੇ ਨੇ ਆਪ ਦਾ ਵੇਟ ਕਰ ਰਹੇ ਨੇ ਕਿਸੇ ਨੂੰ ਇੰਟਰਵਿਊ ਸਕੈਡਿਊਲ ਹੋਈ ਕਿਸ ਦੇਖਣ ਨੂੰ ਮਿਲ ਰਹੀ ਹੈ ਦੇਖੋ ਕੁਝ ਮੈਂ ਲਾਸਟ ਦਿਨਾਂ ਤੋਂ ਦੇਖ ਰਿਹਾ ਕੁਝ ਨੀਆਂ 올ਡ ਐਪਲੀਕੇਸ਼ਨ ਨੇ ਨੇ ਦੇ ਰਿਵਰਟ ਹਲੇ ਰੁਕੇ ਹੋਏ ਨੇ ਉਹਨਾਂ ਨੂੰ ਰਿਵਰਟ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਉਹਨਾਂ ਦੇ ਰਿਵਰਟ ਵੀ ਜਿਹੜੇ ਡੇਲੀ ਡੇਲੀ ਆ ਰਹੇ ਨੇਗੇ ਮੈਂ ਬਹੁਤ ਸਾਰੀਆਂ ਐਪਲੀਕੇਸ਼ਨਾਂ ਤੇ ਦੇਖ ਰਿਹਾਗਾ ਪਰ ਫਿਰ ਵੀ ਕੁਝ ਐਪਲੀਕੇਸ਼ਨ ਜਿਹੜੀਆਂ ਸਟਕੂਆਂ ਪਈਆਂ ਨੇ ਉਹ ਕੈਨੇਡੀਅਨ ਇਮੀਗ੍ਰੇਸ਼ਨ ਦਾ ਕੁਝ ਨਹੀਂ ਪਤਾ ਚੱਲ ਰਿਹਾ ਕਿਉਂ ਸਟਕ ਨੇ ਬਹੁਤ ਸਾਰੇ ਲੋਕਾਂ ਨੇ ਐਮਪੀ ਇਨਕੁਆਰੀਜ਼ ਕਰਵਾ ਕੇ ਦੇਖ ਲਈਆਂ ਬੈ ਫਾਰਮਸ ਪਾ ਕੇ ਦੇਖ ਲਈਏ ਨਾ ਕੁਝ ਲੋਕਾਂ ਨੇ ਜੁੜ ਹੈਗਾ ਕੇਪਸ ਰੂਟ ਵਗੈਰਾ ਵੀ ਅਪਲਾਈ ਕਰਕੇ ਦੇਖ ਲਈਏ ਬਟ ਉਹ ਕੁਈ ਸਮਝ ਤੋਂ ਬਾਹਰ ਹੋ ਰਿਹਾ ਕਿ ਕੈਨੇਡੀਅਨ ਇੰਵੈਸਟਿੰਟ ਨੇ ਕਿਉਂ ਉਹਨਾਂ ਦੀਆਂ ਫਾਈਲਸ ਜਿਹੜਾ ਸਟੱਕ ਕੀਤਾ ਗਿਆਗਾ ਤੇ ਮੈਂ ਤੁਹਾਨੂੰ ਇਹ ਚੀਜ਼ ਹੀ ਕਹਿਣਾ ਚਾਹਣਾ ਕਾਫੀ ਜਿਹੜੀਆਂ ਐਪਲੀਕੇਸ਼ਨ ਨੇ ਜ਼ਿਆਦਾਤਰ ਜਿਹੜੀਆਂ ਸਟੱਕ ਹੋਈਆਂ ਪਈਆਂ ਨੇ ਉਹ ਪੋਸਟ ਗ੍ਰੈਜੂਏਟ ਵਰਕ ਪਰਮਿਟ ਕਰਕੇ ਵੀ ਸਟੱਕ ਹੋਈਆਂ ਪਈਆਂ ਨੇ ਕਾਫੀ ਜਿਹੜੇ ਮੇਰੇ ਵੀਰ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਦੀ ਵੇਟ ਕਰ ਰਹੇ ਨੇ ਤੇ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਰਿਵਰਟ ਨੇ ਨਾਲ ਦੀ ਨਾਲ ਉਹਨਾਂ ਦੀ ਵਾਈਫ ਦਾ ਜਾਂ ਉਹਨਾਂ ਦੇ ਹਸਬੰਡ ਦਾ ਜੋ ਵੀ ਕੈਨੇਡਾ ਚ ਰਹ ਰਹੇ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਹੁੰਦਾ ਹੈਗਾ ਨਾਲੇ ਨਾਲ ਉਹਨਾਂ ਦਾ ਵੀ ਜ ਉਸ ਦਾ ਮੈਨੂੰ ਕੁਝ ਨਹੀਂ ਜਿਹੜਾ ਕਹਿ ਸਕਦਾ ਕੋਈ ਆਪਾਂ ਉਹਦਾ ਅਲਟਰਨੇਟਿਵ ਨਹੀਂ ਕਰ ਸਕਦੇ ਪਰਫਰਮ ਫਾਲੋ ਜੋ ਵੀ ਤੁਸੀਂ ਪਾਉਣਾ ਮੇਲਸ ਵਗੈਰਾ ਪਾ ਲੂਣਾ ਹੋ ਸਕਦਾ ਉਸ ਨਾਲ ਥੋੜਾ ਬਹੁਤ ਫਾਇਦਾ ਹੋ ਜੇ ਬਟ ਮੈਂ ਇਸ ਚੀਜ਼ ਨੂੰ ਨਹੀਂ ਮੰਨਦਾ ਹੈਗਾ ਬਾਕੀ ਕੈਨੇਡੀਅਨ ਯੂਨੀਵਰਸਿਟੀ ਜਦੋਂ ਜੀ ਕਰਦਾ ਉਸ ਟਾਈਮ ਦੇ ਉੱਤੇ ਹੀ ਜਿਹੜਾ ਹੈਗਾ ਉਹਨਾਂ ਨੇ ਰਿਵਲਟ ਦੇਣਾਗਾ ਤੇ ਬਾਕੀ 22 ਸਟੈਂਪ ਤੇ ਜਿਹੜਾ ਕੰਮ ਚੱਲ ਰਿਹਾ ਬਹੁਤ ਵਧੀਆ ਚੱਲ ਰਿਹਾ ਜੋ ਨਿਊ ਐਪਲੀਕੇਸ਼ਨਸ ਲੱਗ ਰਹੀਆਂ ਨੇ ਗਿਆ ਜਾਂ ਫਿਰ ਜੋ ਆਪਾਂ ਕਹਿ ਸਕਦੇ ਹਾਂ ਕਿ 2021 ਦੀਆਂ ਐਪਲੀਕੇਸ਼ਨਸ ਨੇ ਉਹਨਾਂ ਦੇ ਵੀ ਮੰਥ ਵਾਈਜ਼ ਜਿਹੜੇ ਰਿਜ਼ਲਟ ਆ ਰਹੇ ਨੇ ਅਗਸਤ ਸਤੰਬਰ ਅਕਤੂਬਰ ਨਵੰਬਰ ਦੇ ਜਿਹੜੇ ਰਿਵਲਟ ਨੇ ਉਹ ਦੇਖਣ ਨੂੰ ਮਿਲ ਰਹੇ ਨੇ ਡੇ ਬਾਈ ਡੇ ਜਿਹੜਾ ਹੈਗਾ 2022 ਦੀਆਂ ਐਪਲੀਕੇਸ਼ਨ ਜਿਹੜੀਆਂ ਲੱਗ ਰਹੀਆਂ ਨੇ ਉਹ ਤਾਂ ਪ੍ਰੋਸੈਸਿੰਗ ਟਾਈਮ ਜਿਹੜਾ ਘਟ ਜਾ ਰਿਹਾ ਹੈਗਾ ਬਟ ਉਸ ਦੇ ਨਾਲ ਇੱਕ ਦੁੱਖ ਦੀ ਖਬਰ ਇਹ ਹੈ ਕਿ ਜੋ ਕਾਫੀ ਟਾਈਮ ਤੋਂ ਜਿਹੜਾ ਵੇਟ ਕਰ ਰਹੇ ਨੇ ਉਹਨਾਂ ਦੇ ਰਿਵਰਟ ਹਲ ਤੱਕ ਨਹੀਂ ਦੇਖਣ ਨੂੰ ਮਿਲ ਰਹੇ ਸਾਲ ਹੋ ਗਿਆ 2 ਸਾਲ ਹੋ ਗਏ ਕੁਝ ਐਪਲੀਕੇਸ਼ਨਸ ਨੂੰ ਉਹਨਾਂ ਦੇ ਰਿਵਰਟ ਨਹੀਂ ਆਏ ਹੈਗੇ ਤਾਂ ਉਸ ਦੇ ਵਿੱਚ ਵੀ ਜਿਹੜੇ ਹੈਗਾ ਕਾਫੀ ਜਿਹੜੀ ਪ੍ਰੋਬਲਮ ਦੇਖਣ ਨੂੰ ਮਿਲ ਰਹੀ ਹੈ ਬਹੁਤ ਸਾਰੇ ਲੋਕਾਂ ਨੂੰ ਇਸ ਚੀਜ਼ ਦੇ ਵਿੱਚ ਕਾਫੀ ਜਿਹੜੀ ਪ੍ਰੋਬਲਮ ਆ ਰਹੀ ਹੈ ਤੋਂ ਦੇ ਵਿੱਚ ਵੀ ਆਪਾਂ ਜਿਹੜਾ ਹੈਗਾ ਕੁਝ ਨਹੀਂ ਕਰ ਸਕਦੇ ਇਸ ਟਾਈਮ ਦੇ ਉਤੇ ਮੈਂ ਤੁਹਾਨੂੰ ਕੋਈ ਵੀ ਅਲਟਰਨੇਟਿਵ ਜਿਹੜਾ ਉਸ ਦਾ ਕੁਐਰੀ ਕਰਵਾ ਕੇ ਦੇਖ ਲਓ ਹੋ ਸਕਦਾ ਹੈ ਕਈ ਵਾਰ ਤੁਹਾਡੀ ਫਾਈਲ ਦਾ ਕੁਝ ਉਹਨੂੰ ਪਤਾ ਚੱਲ ਜੇ ਜਾਂ ਫਿਰ ਆਪਦੇ ਏਜੰਟ ਨਾਲ ਕੰਟੈਕਟ ਕਰੋ ਵੀ ਦੱਸੋ ਕੋਈ ਕਈ ਵਾਰ ਜੀਸਿਕੀ ਦੇ ਵਿੱਚ ਕੁਝ ਅਪਡੇਟ ਆਇਆ ਹੁੰਦਾ ਤੇ ਕਈ ਵਾਰ ਏਜੰਟ ਚੈੱਕ ਵੀ ਨਹੀਂ ਕਰਦੇ ਹੈਗੇ ਬਟ ਮੈਂ ਤੁਹਾਨੂੰ ਇਹ ਕਹੂੰਗਾ ਜੇਕਰ ਤੁਹਾਡੀ ਐਪਲੀਕੇਸ਼ਨ ਲੱਗੀ ਹੋਈ ਆ ਤਾਂ ਤੁਹਾਡਾ ਰਿਜ਼ਲਟ ਬਹੁਤ ਜਲਦ ਆਉਣ ਦੇ ਚਾਂਸਸੇ ਰਹਿਣਗੇ ਪਰ ਅਨਸਟੈਂਡ ਦੇ ਉੱਤੇ ਥੋੜਾ ਬਹੁਤਾ ਜੋ ਸਤੰਬਰ ਦੇ ਟੇਕ ਆ ਰਿਹਾਗਾ ਉਸ ਕਰਕੇ ਰਿਜ਼ਲਟ ਥੋੜੇ ਬਹੁਤੇ ਸਲੋ ਜ਼ਰੂਰ ਹੋ ਸਕਦੇ ਨੇ ਬਟ ਰਿਜ਼ਲਟ ਬਿਲਕੁਲ ਵੀ ਬੰਦ ਨਹੀਂ ਹੋਣਗੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਨੂੰ ਡੇਲੀ ਉਹਨੂੰ ਵੀਡੀਓ ਦੇ ਲਈ ਕੀਤੇ ਵੀਡੀਓ ਨੂੰ ਜ਼ਰੂਰ ਲਾਈਕ ਕਰਕੇ ਜਾਏ ਚੈਨਲ ਸਬਸਕ੍ਰਾਈਬ ਕਰ ਦੇ ਤਾਂ ਜੋ ਕਿ ਤੁਹਾਡੇ ਲਈ ਹੋਰ ਚੰਗੀਆਂ ਜਿਹੀਆਂ ਵੀਡੀਓ ਲੈ ਕੇ ਆ ਸਕਾਂ ਤਾਂ ਸਿਰਫ ਇਹਨਾ ਓਕੇ ਜੀ ਥੈਂਕ ਯੂ